ਦਿੱਲੀ ਦੀਆਂ ਬਰੂਹਾਂ ਤੇ ਇੱਕ ਪਹਿਲਾ ਧਰਨਾ ਜਿਸ ਤਰਜ ਤੇ ਖਤਮ ਹੋਇਆ, ਹੁਣ ਇੱਕ ਧਰਨਾ ਜਿਹੜਾ ਹੈਗਾ ਖਨੌਰੀ ਔਰ ਸ਼ੰਭੂ ਬਾਰਡਰ ਦੇ ਉੱਤੇ ਪਿਛਲੇ ਤਕਰੀਬਨ ਇੱਕ ਸਾਲ ਤੋਂ ਲੱਗਿਆ ਵਾ ਔਰ ਕਿਸਾਨਾਂ ਦੀਆਂ ਮੰਗਾਂ ਮਨਵਾਉਣ ਵਾਸਤੇ ਲੱਗਿਆ ਵਾ ਔਰ ਬਹੁਤ ਹੀ ਡੈਮੋਕਰੇਟਿਕ ਢੰਗ ਦੇ ਨਾਲ ਉਸ ਧਰਨਾ ਜਿਹੜਾ ਹੈਗਾ ਚੱਲ ਰਿਹਾ ਔਰ ਉਸਦੀ ਜਿਹੜੀ ਹੈਗੀ ਆ ਤਰਤੀਬ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਜਿਸ ਹਿਸਾਬ ਦੇ ਨਾਲ ਹਰਿਆਣੇ ਦੀ ਗੌਰਮੈਂਟ ਨੇ ਜਿਸ ਤਰ੍ਹਾਂ ਜਿਹੜਾ ਹੈਗਾ ਕਿਸਾਨਾਂ ਦੇ ਉੱਤੇ ਹਮਲੇ ਕੀਤੇ, ਜਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਜਿਹੜਾ ਹੈਗਾ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ, ਉਹ ਸਾਰਿਆਂ ਨੇ ਦੇਖਿਆ ਹੀ ਹੈਗਾ। ਹੁਣ ਪਿਛਲੇ ਦਿਨਾਂ ਦੇ ਵਿੱਚ ਜਦੋਂ ਕਿਸਾਨ ਧਰਨੇ ਦੇ ਉੱਤੇ ਦਿੱਲੀ ਵੱਲ ਨੂੰ ਕੂਚ ਕਰਨ ਦੀ ਗੱਲ ਕਰਨ ਲੱਗੇ, ਪਹਿਲਾਂ ਇਹਨਾਂ ਦਾ ਕੁਐਸਚਨ ਸੀ ਕਿ ਟਰੈਕਟਰ ਟਰਾਲੀਆਂ ਨਾ ਲੈ ਕੇ ਜਾਓ, ਜਦੋਂ ਪੈਦਲ ਤੁਰਨ ਦੀ ਗੱਲ ਕੀਤੀ ਗਈ ਤਾਂ ਉਸ ਦੇ ਉੱਤੇ ਵੀ ਜਿਹੜਾ ਹੈਗਾ ਹਰਿਆਣੇ ਦੀ ਸਰਕਾਰ ਵੱਲੋਂ ਜਿਹੜਾ ਹੈਗਾ ਕੇਂਦਰੀ ਏਜੰਸੀਆਂ ਦੇ ਨਾਲ ਰਲ ਕੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਹੁਣ ਇਸ ਦੌਰਾਨ ਜਦੋਂ ਅਸੀਂ ਡੈਮੋਕਰੇਸੀ ਦੀ ਗੱਲ ਕਰਦੇ ਹਾਂ, ਡੈਮੋਕਰੇਟਿਕ ਤਰੀਕੇ ਦੀ ਗੱਲ ਕਰਦੇ ਹਾਂ, ਤਾਂ ਉਸ ਡੈਮੋਕਰੇਟਿਕ ਤਰੀਕੇ ਦੇ ਨਾਲ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਦਿਨਾਂ ਤੋਂ ਡੱਲੇਵਾਲ ਸਾਹਿਬ ਨੇ ਇੱਕ ਮਰਨ ਵਰਤ ਦੇ ਉੱਤੇ ਬੈਠੇ ਹੈਗੇ ਆ, ਤਕਰੀਬਨ 20 ਤਰੀਕ ਤੋਂ ਬੈਠੇ ਆ ਔਰ ਉਹਨਾਂ ਦਾ 8 ਕਿਲੋ ਭਾਰ ਘੱਟ ਚੁੱਕਿਆ ਔਰ ਉਹਨਾਂ ਦੀ ਸਿਹਤ ਹੈ ਜਿਹੜੀ ਹਰ ਰੋਜ਼ ਵਿਗੜਦੀ ਜਾ ਰਹੀ ਹੈ, ਪਰ ਜਿਹੜੀ ਸਰਕਾਰ ਹੈ ਸਰਕਾਰ ਦੇ ਕੰਨਾਂ ਤੇ ਕੋਈ ਜੂ ਨਹੀਂ ਸਰਕ ਰਹੀ ਔਰ ਨਾਲ ਦੂਜੇ ਪਾਸੇ ਸਰਕਾਰ ਇਹ ਗੱਲ ਐਡਮਿਟ ਵੀ ਕਰਦੀ ਹੈ। ਤੁਸੀਂ ਦੇਖਿਆ ਹੋਣਾ ਪਿਛਲੇ ਦਿਨੀ ਜਿਹੜਾ ਹੈਗਾ ਪਾਰਲੀਮੈਂਟ ਦੇ ਵਿੱਚ ਆਪਣੇ ਜਿਹੜੇ ਉਪ ਰਾਸ਼ਟਰਪਤੀ ਹੈਗੇ ਆ ਮਿਸਟਰ ਧਨਖੜ, ਉਹਨਾਂ ਨੇ ਵੀ ਇਹ ਗੱਲ ਐਡਮਿਟ ਕੀਤੀ ਕਿ ਜਿਹੜੀ ਕਿਸਾਨੀ ਦੀ ਹਾਲਤ ਆ ਉਹ ਬਹੁਤ ਬਦਤਰ ਹੋਈ ਵੀ ਹੈ ਔਰ MSP ਉਹਨਾਂ ਨੂੰ ਮਿਲਣੀ ਚਾਹੀਦੀ ਹੈ, ਉਹਨਾਂ ਦੇ ਕਰਜ਼ੇ ਦੇ ਥੱਲੇ ਉਹ ਦਬੇ ਵੇ ਹੈਗੇ ਆ। ਇੱਕ ਓਨਰੇਬਲ ਸੁਪਰੀਮ ਕੋਰਟ ਦੇ ਵਿੱਚ ਦੇਖੋ ਪੰਜਾਬ ਦਾ ਜਿਹੜਾ ਜਿਹੜਾ ਭਾਰਤ ਦੀ ਡੈਮੋਕਰੇਸੀ ਦੀ ਜੇ ਅਸੀਂ ਗੱਲ ਕਰੀਏ ਤਾਂ ਦੋਵਾਂ ਸਟੇਟਾਂ ਦੇ ਵਿਚਾਲੇ ਕੰਧਾਂ ਕਰਕੇ ਇੱਕ ਕਿਸਮ ਦਾ ਪੰਜਾਬ ਔਰ ਹਰਿਆਣੇ ਨੂੰ ਬੁਰੇ ਤਰੀਕੇ ਦੇ ਨਾਲ ਵੰਡ ਦਿੱਤਾ ਗਿਆ ਔਰ ਜਦੋਂ ਵੰਡ ਦਿੱਤਾ ਗਿਆ ਤਾਂ ਉਸ ਵੇਲੇ ਤੁਸੀਂ ਦੇਖਿਆ ਹੋਣਾ ਕਿ ਹੁਣ ਉਹਨਾਂ ਨੇ ਜਿਹੜੀਆਂ ਕੰਧਾਂ ਕਰੀਆਂ ਵੀ ਆ ਉਸ ਦੇ ਉੱਤੇ ਇੱਕ ਸੁਪਰੀਮ ਕੋਰਟ ਨੇ ਕਮੇਟੀ ਬਣਾਈ, ਉਸ ਕਮੇਟੀ ਨੇ ਵੀ ਇੱਕ ਰਿਪੋਰਟ ਦਿੱਤੀ ਆ, ਉਸ ਰਿਪੋਰਟ ਦੇ ਵਿੱਚ ਉਹ ਐਡਮਿਟ ਕੀਤਾ ਗਿਆ ਕਿ ਜਿਹੜੀ ਕਿਸਾਨਾਂ ਦੀ ਹਾਲਤ ਆ ਉਹਨਾਂ ਦੇ ਕਰਜ਼ੇ ਦੀ ਗੱਲ ਕੀਤੀ ਗਈ ਕਿ ਕਿੰਨਾ ਕਰਜ਼ਾ ਉਹਨਾਂ ਦੇ ਸਿਰ ਦੇ ਉੱਤੇ ਖੜਾ ਹੈਗਾ ਔਰ ਨਾਲ ਇਹ ਗੱਲ ਕੀਤੀ ਗਈ ਕਿ ਇਹਨਾਂ ਨੂੰ MSP ਮਿਲਣੀ ਚਾਹੀਦੀ, ਅਦਰਵਾਈਜ਼ ਕਿਸਾਨੀ ਦੀ ਹਾਲਤ ਬਹੁਤ ਖਰਾਬ ਹੈ। ਅੱਜ ਦੇ ਅਖਬਾਰਾਂ 'ਚ ਤੁਸੀਂ ਦੇਖਿਆ ਹੋਣਾ ਮਿਸਟਰ ਗਡਕਰੀ ਨੇ ਕਿਹਾ ਕਿ ਕਿਸਾਨਾਂ ਬਾਰੇ ਸੋਚਣ ਦੀ ਗੱਲ ਹੈਗੀ ਆ, ਲੋੜ ਹੈਗੀ ਆ, ਪਰ ਸਾਰੇ ਲੋੜ ਦੀ ਗੱਲ ਕਰਦੇ ਹੈਗੇ ਆ, ਕੋਈ ਗੱਲ ਕੋਈ ਨਹੀਂ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਜਿਹੜਾ ਹੈਗਾ ਮੰਨਿਆ ਕਿਵੇਂ ਜਾਵੇ। ਮੈਨੂੰ ਇਹ ਲੱਗਦਾ ਹੈਗਾ ਕਿ ਜਿਹੜੇ PM ਮੋਦੀ ਹੈ ਉਹ ਪਿਛਲੇ ਜਿਹੜਾ ਕਿਸਾਨੀ ਅੰਦੋਲਨ ਹੋਇਆ ਉਸ ਦੇ ਵਿੱਚ ਜਿਹੜੀਆਂ ਮੰਗਾਂ ਉਹਨਾਂ ਨੇ ਮੰਨੀਆਂ ਸੀ ਉਹਨਾਂ ਨੂੰ ਨਾ ਮੰਨਣ ਵਾਸਤੇ ਇਹਨਾਂ ਨੇ ਜਿਹੜਾ ਹੈਗਾ ਇੱਕ ਉਸ ਐਂ ਸਮਝ ਲਓ ਵੀ ਜਾਂ ਹਾਰ ਕਰਕੇ ਉਹ ਹੋਈ ਹਾਰ ਕਰਕੇ ਮੋਦੀ ਜਿਹੜਾ ਹੈਗਾ ਕਿਸਾਨਾਂ ਦੇ ਨਾਲ ਕਿੜ ਕੱਢਣ ਦੇ ਉੱਤੇ ਲੱਗਿਆ ਵਾ ਔਰ ਬੁਰੇ ਤਰੀਕੇ ਦੇ ਨਾਲ ਕਿਸਾਨੀ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ। ਮੈਂ ਅੱਜ ਜਿਹੜੀ ਹੈਗੀ ਚੇਤਾਵਨੀ ਦਿੰਦਾ ਸਾਡਾ ਸਾਰਾ ਵਕੀਲ ਭਾਈਚਾਰਾ ਬੈਠਾ ਕਿ ਜੇ ਡੱਲੇਵਾਲ ਸਾਹਿਬ ਦੀ ਹਾਲਤ ਵਿਗੜਨ ਤੋਂ ਬਾਅਦ ਜੇ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈਗੀ ਆ ਤਾਂ ਉਸਦੀ ਜ਼ਿੰਮੇਵਾਰ ਹੈ ਜਿਹੜੀ ਉਹ ਕੇਂਦਰ ਸਰਕਾਰ ਹੋਊਗੀ ਔਰ ਕੇਂਦਰ ਸਰਕਾਰ ਨੂੰ ਇਸ ਦਾ ਬਹੁਤ ਵੱਡਾ ਵਜ਼ਾਨਾ ਜਿਹੜਾ ਹੈਗਾ ਭੁਗਤਣਾ।